welcome to my youtube channel class start karde ha tcp tcp ਦਾ ਪੂਰਾ ਨਾਮ ਹੈਗਾ ట్రాన్స్మిਸ਼ਨ ਕੰਟਰੋਲ ਪ੍ਰੋਟੋਕੋਲ ਇਹ ਪ੍ਰੋਟੋਕੋਲ ਸੁਨੇਹੇ ਭੇਜਣ ਦੇ ਲਈ ਵਰਤਿਆ ਜਾਂਦਾ ਹੈ ਸੈਕੰਡ ftp ftp ਦਾ ਪੂਰਾ ਨਾਮ ਹੈਗਾ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਇਹ ਫਾਈਲਾਂ ਨੂੰ ਟ੍ਰਾਂਸਫਰ ਕਰਨ ਦੇ ਲਈ ਵਰਤਿਆ ਜਾਂਦਾ ਹੈ ਜਦੋਂ ਵੀ ਅਸੀਂ ਕਿਸੇ ਫਾਈਲ ਨੂੰ ਦੂਸਰੇ ਬਜ ਤੱਕ ਪਹੁੰਚਾਉਂਦੇ ਹਾਂ ਉਸ ਸੰਚਾਰ ਮਾਧਿਅਮ ਨੂੰ ਚਲਾਉਣ ਦੇ ਲਈ FTP ਦੀ ਵਰਤੋਂ ਕੀਤੀ ਜਾਂਦੀ ਹੈ। ਨੈਕਸਟ ਹੈਗਾ TEL.NET 10.NET ਦੀ ਫੁੱਲ ਫਾਰਮ ਹੈਗੀ ਟੈਲੀਕਮਿਊਨੀਕੇਸ਼ਨ ਨੈਟਵਰਕਿੰਗ ਇਹ ਦੋ ਨੈਟਵਰਕ ਦੇ ਵਿਚਾਲੇ ਕਨੈਕਸ਼ਨ ਸਥਾਪਿਤ ਕਰਦਾ ਹੈਗਾ। ਨੈਕਸਟ ਹੈਗਾ ARP ARP ਦੀ ਫੁੱਲ ਫਾਰਮ ਹੈਗੀ ਐਡਰੈਸ ਰੀਸੋਲੂਸ਼ਨ ਪ੍ਰੋਟੋਕੋਲ ਇਹ IP ਐਡਰੈਸ ਨੂੰ ਲੋਕਲ ਏਰੀਆ ਨੈਟਵਰਕ ਦੇ ਨਾਲ ਜੋੜਦਾ ਹੈ। ਨੈਕਸਟ ਹੈ ਬੀਸੀਸੀ ਬੀਸੀਸੀ ਫੁੱਲ ਫਾਰਮ ਬਲਾਈਂਡ ਕਾਰਬਨ ਕਾਪੀ ਹੈ ਇਹ ਈਮੇਲ ਦੇ ਵਿੱਚ ਸੁਪੀ ਹੁੰਦੀ ਹੈ ਜੋ ਡਾਟਾ ਸਟੋਰ ਕਰਕੇ ਰੱਖਦੀ ਹੈ ਨੈਕਸਟ ਸੀਡੀ ਸੀਡੀ ਦਾ ਪੂਰਾ ਨਾਮ ਹੈ ਕੰਪੈਕਟ ਡਿਸਕ ਇਹ 700 MB ਤੱਕ ਦਾ ਡਾਟਾ ਸਟੋਰ ਕਰਕੇ ਰੱਖ ਸਕਦੀ ਹੈਗੀ ਨੈਕਸਟ ਜੀਪੀਐਸ ਜੀਪੀਐਸ ਦੀ ਫੁੱਲ ਫਾਰਮ ਗਲੋਬਲ ਪੋਜੀਸ਼ਨਿੰਗ ਸਿਸਟਮ ਹੈ ਜੀਪੀਐਸ ਦੀ ਮਦਦ ਰਹੀਂ ਅਸੀਂ ਦਿਸ਼ਾ ਦਾ ਪਤਾ ਲਗਾ ਸਕਦੇ ਹਾਂ ਸਮੇਂ ਦਾ ਪਤਾ ਲਗਾ ਸਕਦੇ ਹਾਂ ਨੈਕਸਟ ਜੀ ਯੂ ਆਈ ਜੀ ਯੂ ਆਈ ਦੀ ਫੁੱਲ ਫਾਰਮ ਹੈਗੀ ਗ੍ਰਾਫੀਕਲ ਯੂਜ਼ਰ ਇੰਟਰਫੇਸ ਇਸ ਦੇ ਰਾਹੀਂ ਇਲੈਕਟ੍ਰੋਨਿਕ ਸੰਚਾਰ ਹੁੰਦਾ ਹੈ ਨੈਕਸਟ ਸੀ ਐਡੀ ਸੀ ਐਡੀ ਦਾ ਪੂਰਾ ਨਾਮ ਹੈਗਾ ਕੰਪਿਊਟਰ ਐਂਡਡ ਡਿਜ਼ਾਈਨ ਇਸ ਦੀ ਮਦਦ ਦੇ ਰਾਹੀਂ ਅਸੀਂ 2D ਜਾਂ 3D ਵੀਡੀਓਜ਼ ਬਣਾ ਸਕਦੇ ਹਾਂ ਨੈਕਸਟ ਹੈਗਾ GS A GS A ਦਾ ਪੂਰਾ ਨਾਮ ਹੈ ਗਲੋਬਲ ਸਿਸਟਮ ਫਾਰ ਮੋਬਾਈਲ ਕਮਿਊਨੀਕੇਸ਼ਨ ਇਸ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਦੋ ਮੋਬਾਈਲਾਂ ਦੇ ਵਿਚਕਾਰ ਕਮਿਊਨੀਕੇਸ਼ਨ ਪੈਦਾ ਕਰਦਾ ਹੈ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ